ਅਸਲਾਮ ਅਲੈਕਮ ਜੀ ਨਜ਼ਰੀਆ, ਅਸੀਂ ਪਿੰਡ ਪਹੁੰਚੇ ਹਾਂ ਇਸ ਟਾਈਮ ਵਰਨ ਚੱਕ, ਜ਼ਿਲ੍ਹਾ ਸ਼ੇਖਪੁਰਾ। ਇਹ ਪਿੰਡ ਜਿਹੜਾ ਹੁਣ ਤੁਹਾਨੂੰ ਮਹਾਨ ਲੱਗੇ ਹਾਂ, 1947 ਤੋਂ ਪਹਿਲਾਂ ਪੂਰਾ ਅੰਦਰੋਂ ਜਿਹੜੀ ਆ ਉੱਚੀ ਘਾਟੀ, ਜਿੰਨਾ ਉੱਚਾ ਪਿੰਡ ਪੁਰਾਣਾ, ਇਹ ਸਿੱਖ ਸਰਦਾਰਾਂ ਦਾ ਸੀ। ਅਤੇ ਸਾਡੇ ਨਾਲ ਜਿਹੜੇ ਵਲੋਗ ਬਣਾਉਣਗੇ, ਤੁਹਾਨੂੰ ਹੁਣ ਘਰ ਮਹਾਨ ਲੱਗੇ। ਬੂਟਾ ਸਿੰਘ ਦਾ ਘਰ ਸੀ ਜਿਹੜਾ ਅੰਦਰੋਂ ਸਾਨੂੰ ਮਹਾਨ ਆ, ਉਂਝ ਪੁਰਾਣਾ ਘਰ ਖਲੋਤਾ ਹੋਇਆ। ਅਤੇ ਸਾਡੇ ਨਾਲ ਪਿੰਡ ਦੇ ਜਿਹੜੇ ਭਾਈ ਨੇ, ਇਹਦਾ ਨਾਂ ਬੂਟਾ, ਮੁਹੰਮਦ ਬੂਟਾ, ਜਿਹਨਾਂ ਦਾ ਘਰ ਏ। ਨਜ਼ਰੀਨ, ਇਹ ਪਿੰਡ ਵਰਨ ਦੇ ਵਿੱਚ ਬੂਟਾ ਸਿੰਘ ਦਾ ਘਰ ਤੁਹਾਨੂੰ ਵਿਖਾ ਰਿਹਾ ਜੀ। ਬੂਟਾ ਸਿੰਘ ਦਾ ਘਰ ਆ, ਹਜੇ ਉਂਝ ਦਾ ਉਂਝ ਖਲੋਤਾ ਹੋਇਆ ਵਰਨ ਪਿੰਡ। ਇਹ ਸਾਰਾ ਪਿੰਡ ਦੱਸਦੇ ਨੇ ਉਦੋਂ ਸਿੱਖ ਸਰਦਾਰ ਇੱਥੇ ਬੜਾ ਗੜ੍ਹ ਸੀ ਸਿੱਖਾਂ ਦਾ, ਵਿਰਕ ਸਿੱਖ ਇੱਥੇ ਰਹਿੰਦੇ ਹਾਂ ਜ਼ਿਆਦਾ। ਅਤੇ ਆਹ ਬੂਟਾ ਸਿੰਘ ਦਾ ਘਰ ਜਿਹੜਾ ਤੁਹਾਨੂੰ ਵਿਖਾ ਰਿਹਾ ਜੀ, ਬਿਲਕੁਲ ਹੋ ਬਹੁਤ ਖਲੋਤਾ ਹੋਇਆ। ਅਤੇ ਇੱਥੇ ਇਸ ਟਾਈਮ ਜਿਹੜੇ ਨੇ ਰਹਿ ਰਹੇ ਨੇ ਭਾਈ, ਇਹਦਾ ਨਾਮ ਮੁਹੰਮਦ ਬੂਟਾ ਹੈ ਅਤੇ ਕੌਮਨ ਰਾਜਪੂਤ ਹੈ, ਵਸਨੀਕ ਨੇ ਇੱਥੋਂ ਦੇ। ਤੁਸੀਂ ਘਰ ਰਹਿਣ ਵਾਲੇ ਜੀ? ਆਹ ਬੂਟਾ ਸਿੰਘ ਦਾ ਘਰ ਜਿਹੜਾ ਤੁਹਾਨੂੰ ਵਿਖਾ ਰਿਹਾ, ਉਂਝ ਦਾ ਉਂਝ ਖਲੋਤਾ ਹੋਇਆ, ਤੁਹਾਨੂੰ ਅੰਦਰੋਂ ਵੀ ਮਾਨਣਾ। ਤੇ ਕੁਛ ਆ ਘਰ ਜਿਹੜੇ ਨੇ, ਇਹ ਕਮਰੇ ਨੇ ਕੋਈ ਪੁਰਾਣੇ ਜਿਹੜੇ ਡਿੱਗ ਪਏ ਨੇ, ਇਸ ਟਾਈਮ ਢੱਠ ਗਏ ਨੇ। ਇਹ ਪੁਰਾਣਾ ਘਰ ਉਹ ਹੀ ਬੂਟਾ ਸਿੰਘ ਦਾ। ਕਿਉਂ ਭਾ, ਇੱਥੇ ਇੱਥੇ ਦੋ ਕਮਰੇ ਹੁੰਦੇ ਹਨ? ਪਿੱਛੇ ਦੋ ਕਮਰੇ ਸੀਗੇ, ਇਸ ਤਰ੍ਹਾਂ ਅਜੇ ਬਣੇ ਹੋਏ ਆ। ਅੱਗੇ ਇੱਕ ਕੋਠੜੀ ਸੀ, ਇੱਥੇ ਫਿਰ ਇੰਜ ਕਰਕੇ ਨਾ ਆਹ ਹਾਲ ਸੀ। ਇਹ ਵੀ ਅੱਗੇ ਕੋਠੜੀ ਸੀ, ਹੈਂ, ਆਹ ਹਾਲ ਸੀਗਾ ਤੇ ਇਹ ਵੀ ਅੱਗੇ ਆਹ ਕੋਠੜੀ ਸੀ। ਇਸ ਤਰ੍ਹਾਂ ਹੁੰਦੇ ਸੀ ਮਕਾਨ, ਬੜਾ ਡਿਆਨ ਪਾ ਕੇ ਉਹਨੇ ਸੋਹਣੇ ਬਣਾਏ ਹੁੰਦੇ ਸੀ। ਅੱਗੇ ਆਹ ਪੌੜੀਆਂ ਚੜ੍ਹਦੀਆਂ ਸੀ। ਹਾਂਜੀ, ਆਹ ਪੌੜੀਆਂ ਚੜ੍ਹਦੀਆਂ ਸੀ। ਹਾਂਜੀ, ਬੜਾ ਸੋਹਣਾ ਉਹਨਾਂ ਡਿਜ਼ਾਇਨ ਬਣਾ ਕੇ, ਉਹਦਾ ਨਾ ਹੁਣ ਤਾਂ ਢਾਲ ਟੁੱਟ ਗਿਆ ਤੇ ਬੜਾ ਹੀ ਨਾ ਤਾਂ ਪਿਆਰਾ ਉਹਦੇ ਲੱਗਦੇ, ਸੋਹਣੇ ਲੱਗਦੇ ਸੀ। ਜੋ ਕੋਠੀ ਟੈਪ ਨੇ ਅੱਜ ਕੱਲ੍ਹ ਪਾਈ ਦੇ, ਉਹਨਾਂ ਦੇ ਉੱਤੇ ਕੋਠੀ ਟੈਪ ਲੱਗਦੇ ਸੀ ਉਹਨਾਂ ਦੇ ਉਸ ਟਾਈਮ। ਹਾਂਜੀ, ਬੜੇ ਪਿਆਰੇ ਸੀ ਉਦੋਂ। ਇਹ ਕੋਈ ਵਾਵਾ ਨਾ ਮੀਰ ਤਰੀਨ ਦੇ ਸੀ, ਮਸਾਤ ਸਿੱਖ ਦੇ, ਹੋਰ ਬਾਕੀ ਸਾਰੇ ਸਭ ਤੋਂ ਅੱਛੇ ਸੀ ਮਕਾਨ। ਹਾਂਜੀ, ਬਾਬਿਆਂ ਪੁੱਛਿਆ ਨਾ, ਕਹਿੰਦੇ ਬੂਟਾ ਸਿੰਘ ਸੀ ਜਿਹੜਾ ਇੱਥੇ ਰਹਿੰਦਾ ਹੈ ਨਾ? ਹਾਂਜੀ, ਬੂਟਾ ਸਿੰਘ ਦਾ ਘਰ ਸਿੱਖ ਇੱਦਾਂ ਹੀ ਆ। ਇਹਦੇ ਉੱਤੇ ਬਾਲੇ ਸਨ, ਕੀ ਪਿਆ ਛੱਤ ਦੇ? ਇਹਦੇ ਉੱਤੇ ਬਾਅਦ ਬਾਲੇ ਬੁੱਲੇ ਸੀ, ਆਹੋ ਇਹਦੇ ਵੱਡੇ ਵੱਡੇ ਬਾਲੇ ਸੀ, ਇੱਥੇ ਚੰਗੇ ਬਾਲੇ ਵੱਡੇ ਵੱਡੇ ਸੀ। ਤੂੰ ਆਵੇ ਇਹੋ ਜਿਹੇ ਸੀ, ਲੱਕੜ ਲੁੱਕੜਾਂ ਦੀ ਸੀ। ਪੀ ਖੂਹੀ ਵੀ ਹੁੰਦੀ ਸੀ ਕਿ ਨਹੀਂ? ਕਰਚੀਆਂ ਬਾਹਰ ਵੇਖੀ? ਨਹੀਂ, ਖੂਹੀ ਬਾਹਰ ਹੀ ਹੁੰਦੀ ਸੀ, ਇੱਥੇ ਨਹੀਂ ਸੀ ਹੁੰਦੀ, ਅੱਗੇ ਸੀ ਖੂਹੀ। ਖੂਹ ਹੁੰਦਾ ਸੀਗਾ ਅੱਗੇ, ਵੱਡਾ ਬੜਾ ਖੂਹ ਹੁੰਦਾ ਸੀ ਸਿੱਖਾਂ ਦਾ ਹੀ। ਉਹ ਜਿੱਥੇ ਟੱਪ ਨਹੀਂ ਦੱਸਣ ਦੇ ਕਹਿਣ ਦਿਆਂ, ਉੱਥੇ ਉੱਥੇ ਸਾਡਾ ਘਰ ਹੁੰਦਾ ਸੀ ਨਾਲ, ਬੜਾ ਵੱਡਾ ਉੱਥੇ ਹੁੰਦਾ ਸੀ ਖੂਹ। ਹਾਂਜੀ, ਉਹ ਟੱਪ ਵੀ ਪੁਰਾਣਾ, ਉਹ ਟੱਪ ਵੀ ਪੁਰਾਣਾ ਸਿੱਖਾਂ ਦਾ ਹੀ ਆ। ਮਕਾਨ ਸਿੱਖਾਂ ਦੇ ਹੁੰਦੇ ਸੀ। ਇਹਦੀ ਛੱਤ ਵੀ ਬੜੀ ਪਿਆਰੀ ਸੀ, ਉਹਨਾਂ ਦੀ ਨੀ ਸੀ, ਇਹਦੀ ਛੱਤ ਪਿਆਰੀ ਸੀ। ਲਓ ਜੀ, ਉਹੀ ਪੁਰਾਣੀਆਂ ਬਾਰੀਆਂ ਲੱਗੀਆਂ ਹੋਈਆਂ।
ਗੁਆਲੇ ਵਿੱਚ ਬਣੇ ਆ। ਬੂਟਾ ਸਿੰਘ ਦਾ ਘਰ ਤੇ ਉਹਦਾ ਕਮਰਾ ਇੱਕ ਪਰਲੇ ਪਾਸੇ ਪੁਰਾਣੀ ਲੱਗੀ ਛੋਟੀ ਲੱਗੀ ਨਾਨਕਸ਼ਾਹੀ ਵੀ ਕਹਿੰਦੇ ਉੱਤੇ ਗੇਲੀਆਂ ਪਈਆਂ। ਚਲੋ ਇਹ ਤਾਂ ਬਿਆਰੀ ਸ਼ਤੀਰ ਪਾਏ ਹੋਏ ਸੀ ਆਹੋ ਹੁਣ ਵੀ ਬਿਆਰੀ ਨੇ ਉੱਤੇ ਆਗੂ ਵੀ ਸ਼ਾਇਦ ਬਾਲ ਦੇ ਘਰ ਭਾਅ ਜੀ ਤੋਂ ਢਾਏ ਢੂਏ ਨੂੰ ਕੋਈ ਸ਼ਾਇਦ ਨਹੀਂ ਮਿਲੀ ਮਿਲੀ ਸੀ ਜੀ ਉੱਥੋਂ ਠੀਕ ਹੈ ਮਿਲੇ ਸੀ। ਅੱਛਾ ਅੱਛਾ ਹਾਂਜੀ ਚਾਹੁੰਦੇ ਜੀ ਜੋ ਥੱਲੋਂ ਹਾਂ ਜੀ ਹਾਂਜੀ ਨਹੀਂ ਦੀਵਾਰ ਦੇ ਥੱਲੇ ਥੱਲੇ ਵਿਹੜੇ ਚੋਂ ਟੋਏ ਪੱਟੇ ਦਰਖਤ ਲਾਉਣ ਲਏ ਸੀ। ਅੱਛਾ ਅੱਛਾ ਵਾਦੇ ਟੋਏ ਪੱਟੇ ਲਏ ਸੀ। ਅੱਛਾ ਅੱਛਾ ਕਿੰਨੇ ਸਾਲ ਪਹਿਲਾਂ ਦੀ ਗੱਲ ਹੈ? ਇਹ ਆ ਕੋਈ 10-15 ਸਾਲ ਪਹਿਲਾਂ ਦੀ ਗੱਲ ਹੈ। ਅੱਛਾ ਅੱਛਾ ਸਹੀ ਗੱਲ ਨੂੰ 20 ਸਾਲ ਹੋ ਗਏ ਆ ਜਦੋਂ ਇੱਥੋਂ ਚਾਰ ਪੱਟ ਦਾ ਮਾਲ ਆ ਚਲੇ ਇਹਨੇ ਲਾ ਲਓ 15 ਅੱਛਾ ਅੱਛਾ ਹਾਂ 20 ਸਾਲ ਲਾ ਲਓ। ਅੱਛਾ 20 ਸਾਲ ਹੋ ਗਏ ਹਾਂ ਹਾਂਜੀ ਕੀ ਕੋਈ ਸਿੱਕੇ ਸੁੱਕੇ ਥਾਣੇ ਆ ਕੀ? ਹਾਂ ਸਿੱਕੇ ਸੀ 20 ਰੁਪਈਆ। ਅੱਛਾ ਉਹ ਪੁਰਾਣੇ ਜਿਹੇ ਚੱਲਦੇ ਹੋਣਗੇ ਚਾਂਦੀ ਦੇ ਉਸ ਦੇ? ਹਾਂਜੀ ਉਹ ਸੀ। ਅੱਛਾ ਅੱਛਾ ਮਟਕੇ ਵਿੱਚ 50,000 ਦੇ ਸਾਰੇ ਵਿਕੇ ਸੀ ਉਹ। ਹਾਂ ਸਹੀ ਹੈ ਹਾਂਜੀ ਚਲੋ ਠੀਕ ਹੈ ਜੀ। ਇੱਕ ਮਿੰਟ ਹੱਥ ਕਰਿਆ ਜੀ ਤੈਨੂੰ ਯਾਰ ਦੱਸੀ ਦੇ ਵਿਆਹ ਚੀਜ਼ ਹੈਗਾ ਮਾੜੇ ਘਰ ਛੱਡ ਲੈਣ ਬੋਲੇ ਬੇਸ਼ੱਕ ਨਾ ਜੀ ਆਉਂਦੇ ਤਸਵੀਰ ਲਾਣੀ ਹੁੰਦੀ। ਚਲੋ ਠੀਕ ਹੈ।